ਕਲੇਜੇ ਨੂੰ ਛੱਲੀ ਕਰਦੇ ਇਸ ਬਜ਼ੁਰਗ ਦੇ ਬੋਲ। ਪਹਿਲਾਂ ਮੇਰੀ ਡੋਰ ਤੜਫਦੀ ਨਿਕਲੀ, ਫੇਰ ਮੇਰੇ ਘਰ ਆਈ, ਫੇਰ ਮੇਰਾ ਪੋਤਾ, ਫੇਰ ਮੇਰੀ ਪੋਤੀ, ਫੇਰ ਇੱਕ ਪੋਤਾ ਮਰ ਗਿਆ। हैवान बने जिंदा ना दे व्यक्ति ने सुते पे परिवार उते पेट्रोल पा के अग लगा दिती। इस दर्दनाक घटना नु अंजाम दिता। घटना विच 11 महीनिया का हरमनप्रीत सिंह जिंदा सड़ गया, जबकि परिवार दे चार जी अग विच बुरी तरह झुलस गए, जिन्हां दी हालत गंभीर दसी जा रही है। दरअसल यह दोषी दी हरकतां नूं लै के परिवार बुजुर्ग लक्ष्मण सिंह दा उस नाल झगड़ा होया सी। यही झगड़ा इस घटना दा कारण बन गया। ऐतवार सवेरे जदों घर दा लड़का बाहर गया सी तां बुजुर्ग जख्मी करके ओह अंदर दाखल हो गया ਅਤੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇੱਥੇ ਹੈ ਨਹੀਂ ਸੀਗਾ, ਮੈਂ ਗਿਆ ਸੀਗਾ ਭੈਣ ਵੀ ਦਾ ਆਪਣੇ ਜਿੱਦਾਂ ਯਾਰ ਦੋਸਤ ਮੁੰਡਾ ਤੇ ਪਿਆ ਸੀਗਾ ਭੈਣ ਦਾ ਉੱਥੇ ਸੀਗਾ। ਇੱਥੇ ਪਤਾ ਲੱਗਾ, ਬੱਚਿਆਂ ਦੱਸਿਆ ਵੀ ਜਿੱਦਾਂ ਜਿੰਦਾ ਜਿੰਦਾ ਜਿਹੜਾ ਬੰਦਾ ਵੀ ਉਹਨੇ ਅੱਗ ਲਾਈ ਆ ਕੇ ਤੇ ਮੈਨੂੰ ਪਹਿਲਾਂ ਹੀ ਧਮਕੀ ਦਿੱਤਾ। ਮੇਰਾ ਕਲੇਰ ਸਿੰਘ ਦੀ ਦੋ ਵਾਰੀ ਮੇਰੇ ਥਾਣੇ ਹੀ ਪਰਚਾ ਹੋ ਚੁੱਕਾ ਉਹਦਾ। ਜਗਿੰਦਰ ਸਿੰਘ ਇਹ ਪੱਕਾ ਨਾ ਜੀ ਉਹਦਾ, ਜਦੋਂ ਹੀ ਲੰਘਦਾ ਜੀ ਹੁਣ ਵੀ ਇੱਥੇ ਜਦੋਂ ਲੰਘਦਾ ਜਨਾਨੀਆਂ ਜੁਨੀਆਂ ਲੈ ਕੇ ਆਉਂਦਾ ਤਾਂ ਗਲਤ ਕੰਮ ਕਰਦਾ ਉੱਠੇ ਘਰੇ ਆਪਣੇ। ਉਹਦੀ ਮਾਂ ਵੀ ਆ ਸਮਾਨ ਚੱਕਣ ਲੱਗੀ ਜਾ ਕੇ ਮੈਨੂੰ ਘਰ ਦੇ ਮੁਰੇ ਜਿੱਦਾਂ ਜਿੱਦਾਂ ਹੱਕ ਤੇ ਹੱਥ ਰੱਖ ਕੇ ਕਹਿ ਗਈ ਸੀ ਵੀ ਤੁਹਾਨੂੰ ਮੈਂ ਦੱਸਾਂਗੇ ਸੀ। ਔਰ ਮੇਰੇ ਹੱਥ ਵਾਰ ਕੇ ਇੱਕਾ ਦੋ ਵਾਰ ਕੇ ਤਾਂ ਅੰਦਰ ਚੜ ਗਿਆ, ਉਹ ਅੰਦਰ ਚਲੇ ਗਿਆ। ਉਹ ਵਾ ਇੱਕ ਦਾ ਵੀ ਅੱਗ ਲੱਗ ਗਈ ਲਾਗੀ। ਪਹਿਲਾਂ ਮੇਰੀ ਡੋਰ ਤੜਫਦੀ ਨਿਕਲੀ, ਫਿਰ ਮੇਰੇ ਘਰ ਆਈ, ਫਿਰ ਮੇਰਾ ਪੋਤਾ, ਫਿਰ ਮੇਰੀ ਪੋਤੀ, ਫਿਰ ਇੱਕ ਪੋਤਾ ਮਰ ਗਿਆ।